ਅੱਜ ਗੱਲ ਕਰਨ ਜਾ ਰਹੇ ਹਾਂ ਬੁਰੀ ਨਜ਼ਰ ਲੱਗਣ ਦੀਆਂ ਨਿਸ਼ਾਨੀਆਂ ਬਾਰੇ। ਅੱਜ ਅਸੀਂ ਤੁਹਾਨੂੰ ਇੱਕ ਚੀਜ਼ ਦੱਸਣ ਜਾ ਰਹੇ ਹਾਂ, ਜੇਕਰ ਤੁਸੀਂ ਉਸ ਨੂੰ ਆਪਣੀ ਕਿਸੇ ਵੀ ਸਰੀਰ ਦੇ ਅੰਗ ਤੇ ਬੰਨ ਲਵੋ ਤਾਂ ਤੁਸੀਂ ਬੁਰੀ ਨਜ਼ਰਾਂ ਤੋਂ ਬਚ ਸਕਦੇ ਹੋ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਕਿਸੇ ਦਾ ਚੰਗਾ ਨਹੀਂ ਚਾਹੁੰਦਾ ਕੋਈ ਵੀ, ਚਾਹੇ ਕੋਈ ਆਪਣਾ ਹੀ ਕਿਉਂ ਨਾ ਹੋਵੇ। ਉਹ ਆਪਾਂ ਮੂੰਹ ਨੀਚੇ ਕਰਾਉਣ ਵਿੱਚ ਬਹੁਤ ਹੀ ਜ਼ਿਆਦਾ ਕੰਮ ਕਰਦੇ ਹਾਂ। ਸਾਡੇ ਤੇ ਟੂਣੇ ਟੋਟਕੇ ਪ੍ਰਤੀ ਵੀ ਕਰਵਾ ਦਿੰਦੇ ਨੇ ਸਾਡੇ ਆਪਣੇ ਹੀ, ਤਾਂ ਜੋ ਸਾਡੀ ਬਣੀ ਬਣਾਈ ਜਿਹੜੀ ਇੱਜ਼ਤ ਉਹ ਮਿੱਟੀ ਵਿੱਚ ਮਿਲ ਜਾਏ, ਬਣਿਆ ਬਣਾਇਆ ਕੰਮ ਰੁਕ ਜਾਵੇ। ਸਾਡੇ ਘਰ ਦੀ ਦ੍ਰਿਸ਼ਟੀ ਮਾੜੀ ਕਰਨ ਦੇ ਲਈ ਉਹ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚੱਲਦੇ ਨੇ, ਸਾਡਾ ਭੇਦ ਪਾ ਕੇ ਸਾਡੇ ਤੇ ਹੀ ਵਾਰ ਕਰਨਾ ਚਾਹੁੰਦੇ ਨੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਪਤਾ ਲੱਗ ਸਕੇ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਨੂੰ ਤੁਹਾਡੇ ਸਰੀਰ ਦੇ ਕਿਸ ਅੰਗ ਤੇ ਜੇਕਰ ਤੁਸੀਂ ਇਹ ਚੀਜ਼ ਬੰਨ੍ਹ ਲਵੋ ਤਾਂ ਤੁਹਾਡੇ ਤੇ ਕੋਈ ਵੀ ਵਾਰ ਨਹੀਂ ਕਰ ਸਕਦਾ, ਤੁਹਾਡੇ ਤੇ ਮਾਲਕ ਦੀ ਕਿਰਪਾ ਹੋ ਜਾਏਗੀ, ਤੁਹਾਡੇ ਆਲੇ ਦੁਆਲੇ ਭਗਵਾਨ ਦੀ ਕਿਰਪਾ ਬਣੀ ਰਹੇਗੀ, ਛਵੀ ਬਣੀ ਰਹੇਗੀ, ਤਾਂ ਜੋ ਤੁਹਾਡੇ ਤੇ ਕੋਈ ਵੀ ਟੂਣਾ ਟੋਟਕਾ ਅਸਰ ਨਾ ਕਰ ਸਕੇ ਤੇ ਤੁਹਾਡਾ ਜੀਵਨ ਬਹੁਤ ਹੀ ਸੌਖਾ ਗੁਜ਼ਰ ਸਕੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਐਸਾ ਕੰਮ ਨਾ ਹੋਵੇ ਜਿਸ ਦੇ ਨਾਲ ਤੁਹਾਨੂੰ ਕੋਈ ਮੁਸ਼ਕਲ ਆਵੇ। ਤੁਸੀਂ ਆਪਣੇ ਸਰੀਰ ਦੇ ਕਿਸੇ ਵੀ ਅੰਗ ਤੇ ਜੇਕਰ ਕਾਲਾ ਧਾਗਾ ਬੰਨ੍ਹ ਲੈਂਦੇ ਹੋ, ਇੱਕ ਕਾਲਾ ਧਾਗਾ ਲਵੋ, ਉਸ ਨੂੰ ਭਗਵਾਨ ਦੇ ਮੂਹਰੇ ਰੱਖ ਕੇ ਪੂਜਾ ਕਰੋ ਉਸਦੀ, ਫਿਰ ਦੇਖਿਓ ਤੁਹਾਡੇ ਤੇ ਮਾਲਕ ਦੀ ਕਿਰਪਾ ਹੋ ਜਾਏਗੀ। ਉਸਨੂੰ ਆਪਣੀ ਲੱਤ ਤੇ ਹੱਥ ਤੇ ਬੰਨ੍ਹ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਦੀ ਵੀ ਨਜ਼ਰ ਨਹੀਂ ਲੱਗੇਗੀ।